ਇਸ ਦਿਨ ਦੀ ਅਹਿਮ ਖਬਰ ਅਜਨਾਲਾ ਤੋਂ ਜਿੱਥੇ ਸੁਖਵੀਰ ਬਾਦਲ ਦੀ ਵੱਡੀ ਰੈਲੀ ਹੋਈ ਤੇ ਰੈਲੀ ਦੇ ਦੌਰਾਨ ਬੋਨੀ ਅਜਨਾਲਾ ਨੂੰ ਸੁਖਵੀਰ ਬਾਦਲ ਨੇ ਕਾਲੀ ਦਲ ਦਾ ਇਥੋਂ ਪੱਕਾ ਉਮੀਦਵਾਰ ਦੱਸਿਆ ਸੁਖਵੀਰ ਬਾਦਲ ਨੇ ਕਿਹਾ ਕਿ ਕਿਸੇ ਅਨਾਉਂਸਮੈਂਟ ਦੀ ਵੀ ਲੋੜ ਨਹੀਂ ਹੈ ਬਸ ਲੋਕ ਭਰੋਸਾ ਜਤਾਣ ਤੇ ਬੋਨੀ ਅਜਨਾਲਾ ਨੂੰ ਐਮਐਲਏ ਬਣਾਉਣ ਜਿਸ ਦੇ ਬਾਅਦ ਪੂਰੇ ਅਜਨਾਲਾ ਦੀ ਤਰੱਕੀ ਕੋਈ ਰੋਕ ਨਹੀਂ ਸਕਦਾ ਇਸ ਲਈ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਜਿੰਨਾ ਵੱਡਾ ਇਕੱਠ ਕੀਤਾ ਓਨੀਆਂ ਵੱਡੀਆਂ ਵੋਟਾਂ ਪਾ ਕੇ ਬੋਨੀ ਅਜਨਾਲਾ ਨੂੰ ਇਥੋਂ ਐਮਐਲਏ ਬਣਾਉਣ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਬੋਨੀ ਜੀ ਹੁਣ ਟਿਕਟ ਦਾ ਅਨਾਉਂਸ ਦੀ ਗੱਲ ਕਰਦ ਲੋੜ ਹੀ ਨਹੀਂ ਹੁਣ ਆ ਦਾ ਪੱਕਾ ਹੀ ਬੰਦਾ ਹੈ ਮਾਤਾ ਕਹਿੰਦਾ ਤੁਸੀਂ ਇਹਨੂੰ ਐਮਐਲਏ ਬਣਾਓ ਅੱਗੇ ਹੋਰ ਤਗੜਾ ਕਰੀਏ ਇਹਨੂੰ ਤੇ ਆਹ ਤੇ ਮੇਰੇ ਭਰਾਵਾ ਮੰਗੂਆ ਮੇਰਾ ਦਿਲੋਂ ਬਣਾ ਇਹਦੇ ਨਾਲ ਲਗਾਇਆ ਇਹਨੂੰ ਬੋਨੀ ਨੂੰ ਮੈਂ ਕਿਸੇ ਕੰਮ 'ਚ ਨਾ ਨਹੀਂ ਕਰ ਸਕਦਾ ਮੈਨੂੰ ਐਨਾ ਦਾ ਦਿਲੋਂ ਪਿਆਰਾ ਹੈ ਤੇ ਮੈਂ ਤੁਹਾਨੂੰ ਦੱਸ ਰਹਾ ਤੁਹਾਡੇ ਹਲਕੇ ਨੂੰ ਅਸਲੀ ਸੇਵਾਦਾਰ ਹੈ ਵਧੀਆ ਬਣਾ ਕੇ ਦਊਗਾ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਜਿੰਨੇ ਤੁਹਾਡੇ ਬਾਰਡਰ ਦੇ ਪਿੰਡ ਆ ਜਿੰਨੇ ਤੁਹਾਡੇ ਉਧਰ ਜ਼ਮੀਨਾਂ ਦੇ ਵਿੱਚ ਤੁਹਾਡੇ ਬਹੁਤ ਰਾਇਸਿਕ ਭਰਾ ਇੱਥੇ ਆਏ ਹੋਣੇ ਆ ਉਹ ਜ਼ਮੀਨਾਂ ਇਹਨਾਂ ਦੀਆਂ ਵਿਚਾਰਿਆਂ ਦੀ ਕੱਚੀਆਂ ਆਪਾਂ ਪੱਕੀਆਂ ਕਰਤੀਆਂ ਕੱਚੀਆਂ ਹੋ ਗਈਆਂ ਜਿਹੜਾ ਮੇਰਾ ਹਲਕਾ ਜਲਾਲਾਬਾਦ ਮੈਂ ਕਹਿੰਦਾ ਰਾਇਸ ਰਾਇਸਿਕ ਭਾਈਚਾਰੇ ਦਾ ਜੇ ਹੈੱਡਕੁਆਰਟਰ ਹੈ ਨਾ ਉਹ ਜਲਾਲਾਬਾਦ ਹੈ ਮੇਰੇ ਹਲਕੇ 'ਚ 90000 ਰਾਇਸਿਕ ਭਾਈਚਾਰੇ ਦੇ ਲੋਕ ਰਹਿੰਦੇ ਆ ਉਹਨਾਂ ਨੇ ਵੀ ਮੇਰਾ ਵਾਦਾ ਕੀਤਾ ਹੈ ਕਿ ਜਿਨ੍ਹਾਂ ਬਾਰਡਰ ਦੇ ਲੋਕ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਆਪਾਂ ਦਿੱਤੀਆਂ ਦੀ ਪੱਕੀਆਂ ਫਿਰ ਤੋਂ ਇਹਨਾਂ ਨੇ ਸਰਕਾਰ ਨੇ ਕਰਜ਼ੀ ਕਰਤੀਆਂ ਉਹ ਜ਼ਮੀਨਾਂ ਵਾਪਸ ਤੁਹਾਨੂੰ ਦਿੱਤੀਆਂ ਜਾਣਗੀਆਂ ਕਿਉਂਕਿ ਆ ਬਾਦਲ ਸਾਹਿਬ ਨੇ ਇੱਕ ਵਾਰ ਥੋੜਾ ਦਿੱਤਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਦਿਲੋਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਅੱਜ ਕਮਾਲ ਕਰਤਾ ਤੁਸੀਂ ਅੱਜ ਬਹੁਤ ਵੱਡਾ ਕਟ ਕੀਤਾ ਔਰ ਨਾਮ ਸੀ ਇਹਦਾ ਕੀ ਹੈ ਬੋਣੀ ਉਹ ਮੈਂ ਤਾਂ ਕਹਿੰਦਾ ਬੋਣੀ ਨੂੰ ਬਣਾਓ ਐਮਐਲਏ ਬੋਨੀ ਨੂੰ ਬੁਲਾਓ ਐਮਐਲਏ ਬੋਲੇ ਸ਼ਾਨਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਫਤਿਹ ਦੱਸਦੀ ਕਿ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਜਲਾਲਾਬਾਦ ਤੋਂ ਖੁੱਦ ਦੀ ਅਤੇ ਖੇਮ ਕਰਨ ਤੋਂ ਵਰਚਾ ਸਿੰਘ ਵਲਟੋਹਾ ਦੀ ਉਮੀਦਵਾਰੀ ਐਲਾਨ ਚੁੱਕੇ ਨੇ ਤੇ ਅੱਜ ਬੋਨੀ ਅਜਨਾਲਾ ਦੀ ਉਮੀਦਵਾਰੀ ਵੀ ਉਹਨਾਂ ਨੇ ਪੱਕੀ ਦੱਸੀ ਐ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਐ ਕਿ ਬੋਨੀ ਅਜਨਾਲਾ ਨੂੰ ਵੋਟਾਂ ਪਾ ਕੇ ਐਮਐਲਏ ਬਣਾਉਣ ਆ ਦਾ ਪੱਕਾ ਹੀ ਬੰਦਾ ਹੈ ਮਾ ਦਾ ਕਹਿਣਾ ਤੁਸੀਂ ਇਹਨੂੰ ਐਮਐਲਏ ਬਣਾਓ ਅੱਗੇ ਹੋਰ ਤਕੜਾ ਕਰੀਏ ਇਹਨੂੰ ਤੇ ਆ ਤਾਂ ਮੇਰੇ ਭਰਾਵਾਂ ਮੰਗੂਆ ਮੇਰਾ ਦਿਲੋਂ ਬਣਾਇ ਇਹਦੇ ਨਾਲ ਲਗਾਇ ਇਹਨੂੰ ਗੋਣੀ ਨੂੰ ਮੈਂ ਕਿਸੇ ਕੰਮ ਚ ਨਾ ਨਹੀਂ ਕਰ ਸਕਦਾ ਮੈਂ ਤੈਨੂੰ ਐਂਦਾ ਦੱਸ ਦਿਲੋਂ ਪਿਆਰਾ ਹੈ ਤੇ ਮੈਂ ਤੈਨੂੰ ਦੱਸ ਰਹਾ ਤੁਹਾਡੇ ਹਲਕੇ ਨੂੰ ਅਸਲੀ ਸੇਵਾ ਦਾ ਰਹਾ ਵਧੀਆ ਬਣਾ ਕੇ ਦਊਗਾ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਜਿੰਨੇ ਤੁਹਾਡੇ ਬਾਰਡਰ ਦੇ ਪਿੰਡ ਆ ਜਿੰਨੇ ਤੁਹਾਡੇ ਉਧਰ ਜ਼ਮੀਨਾਂ ਦੇ ਵਿੱਚ ਤੁਹਾਡੇ ਬਹੁਤ ਰਾਇਸਿਕ ਭਰਾ ਇੱਥੇ ਆਏ ਹੋਣੇ ਆ ਉਹ ਜ਼ਮੀਨਾਂ ਇਹਨਾਂ ਦੀਆਂ ਵਿਚਾਰਿਆਂ ਦੀ ਕੱਚੀਆਂ ਆਪਾਂ ਪੱਕੀਆਂ ਕਰਤੀਆਂ ਕੱਚੀਆਂ ਹੋ ਗਈਆਂ ਜਿਹੜਾ ਮੇਰਾ ਹਲਕਾ ਜਲਾਲਾਬਾਦ ਮੈਨਾਂ ਕਿਹਾ ਰਾਇਸ ਰਾਇਸਿਕ ਭਾਈਚਾਰੇ ਦਾ ਜੇ ਹੈਡਕੁਆਟਰ ਹੈ ਨਾ ਉਹ ਜਲਾਲਾਬਾਦ ਹੈ ਮੇਰੇ ਹਲਕੇ ਚ 90000 ਰਾਇਸਿਕ ਭਾਈਚਾਰੇ ਦੇ ਲੋਕ ਰਹਿੰਦੇ ਆ ਉਹਨਾਂ ਨਾਲ ਵੀ ਮੈਂ ਵਾਅਦਾ ਕੀਤਾ ਹੈ ਕਿ ਜਿਨਨੇ ਬਾਰਡਰ ਦੇ ਲੋਕ ਆ ਜਿਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਆਪਾਂ ਦਿੱਤੀਆਂ ਦੀ ਪੱਕੀਆਂ ਫਿਰ ਤੋਂ ਇਹਨਾਂ ਨੇ ਸਰਕਾਰ ਨੇ ਕਰਜ਼ੀ ਕਰਤੀਆਂ ਉਹ ਜ਼ਮੀਨਾਂ ਵਾਪਸ ਤੁਹਾਨੂੰ ਦਿੱਤੀਆਂ ਜਾਣਗੀਆਂ ਕਿਉਂਕਿ ਆਦ ਬਾਦਲ ਸਾਹਿਬ ਨੇ ਇੱਕ ਵਾਰ ਥੋੜਾ ਦਿੱਤਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਦਿਲੋਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਅੱਜ ਕਮਾਲ ਕਰਤਾ ਤੁਸੀਂ ਅੱਜ ਬਹੁਤ ਵੱਡਾ ਕਟ ਕੀਤਾ ਔਰ ਨਾਮ ਸੀ ਇਹਦਾ ਕੀ ਹੈ ਬੋਨੀ ਵੋ ਮੈਂ ਤਾਂ ਕਹਿੰਦਾ ਬੋਨੀ ਨੂੰ ਬਣਾਓ ਐਮਐਲਏ ਬੋਨੀ ਨੂੰ ਬਣਾਓ ਐਮਐਲਏ ਬੋਲੇ ਸੋਹਣਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਫਤਿਹ ਅੰਮ੍ਰਿਤਸਰ ਤੋਂ ਸਿਕੰਦਰਪੁਰ ਸੀਚਾ ਦੀ ਰਿਪੋਰਟ 올ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬੰਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ रफीक ਮੁਹੰਮਦ ਮੋਬਾਈਲ 8437494647 8437494648 पंडित राधे शर्मा चमत्कार होंगे अपनी अखा के सामने चौबीस घंटे परेशानी का हाल मुसलमानी रूहानी तो कोई कट्टी मोड़ी वशीकरण करवाओ मन चाहन कारोबार विदेश यात्रा लॉटरी तो तुम मिलेगा ज नहीं सचान लॉटरी नंबर पाओ छो उजा होगा हर गल सौ फीसदी गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं देवगा मोबाइल अठानवे सात सौ अठाठ जीरो 8858558838617